ਇੱਦਾਂ ਅੱਗੇ ਆਏ ਹਾਂ, ਵੇਖੋ ਕਾਫ਼ੀ ਸੰਦ ਵਾ ਖੇਤੀਬਾੜੀ ਦੇ, ਉਹ ਹੱਲਾਂ ਵਾ ਜਿਹਨੂੰ ਪਲਟਾਵੀ ਹੱਲ ਕਹਿੰਦੇ, ਦੋ ਦੋ ਤਿੰਨ ਕਾਫ਼ੀ ਇੱਥੇ ਕਾਸੇ ਆ ਲਾਗੇ ਲਾਗੇ, ਅਤੇ ਤਿੰਨ ਚਾਰ ਕਾਸੇ ਸੜਕ ਦੇ ਉੱਪਰ ਹੀ ਆਏ, ਉਹ ਗੋਰਾ ਵਾ ਟਰੈਕਟਰ ਜਿਹਾ ਲੈ ਕੇ ਚੱਲਿਆ ਪਿੱਛੇ ਗੱਡੀ 'ਤੇ ਪਾਇਆ, ਅਤੇ ਆਹ ਇਸੇ ਤਰੀਕੇ ਨਾਲ ਇੱਧਰ ਵਾ ਇਹਨੇ ਹੁਣੇ ਉਹਨੂੰ ਪੁੱਛਿਆ ਸੀ ਗੋਰੇ ਨੂੰ, ਉਹ ਕੀ ਦੱਸਿਆ ਉਹਨੇ, ਕਹਿੰਦਾ ਕਿ ਮਤਲਬ ਇੱਥੇ ਤੁਹਾਨੂੰ ਅਸੀਂ ਕੀ ਦੱਸ ਸਕਦੇ, ਇੱਥੇ ਤੁਰ ਕੇ ਇਹਨਾਂ ਨੇ ਸੜਕਾਂ ਬਣਾਈਆਂ ਕਿ ਤੁਰ ਕੇ ਤੁਸੀਂ ਪੂਰਾ ਪਹਾੜ ਘੁੰਮੋ, ਅਤੇ ਉੱਥੇ ਪਿੱਛੇ ਦੇਖਣ ਨੂੰ ਬਹੁਤ ਚੀਜ਼ਾਂ ਸੀਗੀਆਂ, ਮਤਲਬ ਉਹ ਪਹਾੜ ਦੇ ਉੱਤੇ ਆ ਜਿਹੜਾ ਵੱਡਾ ਪਹਾੜ ਆ ਉੱਤੋਂ ਵੀ ਤੁਹਾਨੂੰ ਕਹਿੰਦੇ ਬਹੁਤ ਵਧੀਆ ਵਿਊ ਦੇਖੂਗਾ, ਹੋਰ ਇੱਥੇ ਕੁਛ ਚੀਜ਼ ਜ਼ਿਆਦਾ ਖਾਸ ਜਿਹੜੀ ਚੀਜ਼ ਆ ਉਹ ਇੱਥੇ ਦੇਖਣ ਨੂੰ ਮਿਲੇ ਇਹਨਾਂ ਲੋਕ। ਤੋ ਗਾਇਸ ਅਸੀਂ ਇੱਥੇ ਆਏ ਹਾਂ, ਅੰਦਰ ਲੋਕ ਬੈਠੇ ਸੀਗੇ ਅਤੇ ਇਹਨਾਂ ਨੂੰ ਅਸੀਂ ਪੁੱਛਿਆ ਗਿਆ ਅਤੇ ਇੱਥੇ ਵੀਡੀਓ ਬਣਾ ਸਕਦੇ ਹਾਂ, ਉਹ ਕਹਿੰਦੇ ਕਿ ਸਾਡੀ ਵੀਡੀਓ ਨਾ ਬਣਾਓ ਤੁਸੀਂ ਇੱਧਰ ਬਾਹਰ ਤੁਸੀਂ ਦੇਖ ਸਕਦੇ ਹੋ ਬਣਾ ਸਕਦੇ। ਆਹ ਤਬੇਲਾ ਵਾ ਘੋੜਿਆਂ ਦਾ, ਠੀਕ ਹੈ ਸਾਰਾ, ਇੱਥੇ ਆਹ ਕਾਠੀ ਜਿਹੜੀ ਘੋੜਿਆਂ 'ਤੇ ਪਾਈ ਦੀ ਰਾਈਡਿੰਗ, ਇੱਥੇ ਟ੍ਰੇਨਿੰਗ ਦਿੰਦੇ ਘੋੜਿਆਂ ਨੂੰ, ਆਹ ਸਾਰਾ ਉੱਪਰੋਂ ਦੀ ਉਹ ਟਰੈਕਟਰ ਟੱਪਣ, ਉਹ ਟਰੈਕਟਰ ਜੇ ਖੱਟਾ ਉਹ ਵਾਲਾ, ਅਤੇ ਆਹ ਸਾਰਾ ਇੱਥੇ ਲੋਕਲ ਵਾ ਸਿਸਟਮ ਘੋੜਿਆਂ ਦਾ, ਆਹ ਯਾਨੀ ਮਗਰ ਪਾ ਕੇ ਘੋੜਿਆਂ ਰੱਥ ਜਿੱਦਾਂ ਕਹਿ ਸਕਦੇ ਨਾ, ਆਹ ਰੱਥ ਟਾਈਪ ਆ ਇਹ ਆਹ ਸਾਰਾ। ਅਤੇ ਆ ਜਾਓ ਹੁਣ ਅੱਗੇ ਤੁਹਾਨੂੰ ਘੋੜਿਆਂ ਦਿਖਾਉਂਦੇ ਹਾਂ, ਸਹੀ ਕਮਰਿਆਂ 'ਚ ਬੰਦ ਕੀਤੇ ਹੋਏ ਆ, ਮਤਲਬ ਬਾਹਰ ਇੱਥੇ ਟ੍ਰੇਨਿੰਗ ਕਰਾਉਣ ਲਈ ਕੱਢਦੇ ਆ ਅਤੇ ਬਾਅਦ ਵਿੱਚ ਫਿਰ ਅੰਦਰ ਕਰ ਦਿੰਦੇ ਆ। ਆਹ ਵੇਖੋ ਇੱਥੇ ਘੋੜੇ ਆ, ਮੂੰਹ ਬਾਹਰ ਵਿਚਾਰੇ ਦਾ ਕੀਤਾ ਜੀ, ਅਤੇ ਇਹਨੂੰ ਮੇਰੇ ਸਾਹ ਨਾਲ ਇਹਨਾਂ ਨੇ ਕੈਦ ਕੀਤਾ ਵਾ, ਇਹ ਖਤਰਨਾਕ ਹੋਣਾ, ਜ਼ਿਆਦਾ ਸ਼ੈਤਾਨ ਹੋਣਾ ਜੱਗੂ ਵਰਗਾ। ਜੇ ਇੱਥੇ ਤੁਸੀਂ ਮਤਲਬ ਘੋੜੇ ਸਵਾਰੀ ਕਰਨੀ ਆ ਉਹ ਵੀ ਆ ਸਕਦੇ, ਮੈਂ ਇੱਕ ਵਾਰੀ ਇੱਥੇ ਆਇਆ ਸੀਗਾ ਸਕੂਲ ਵੱਲੋਂ ਆਇਆ ਸੀਗਾ, ਉਹ ਇੱਥੇ ਘੁੰਮਾਉਣ ਲੈ ਕੇ ਆਏ ਸੀਗੇ ਅਤੇ ਅਸੀਂ ਇੱਧਰ ਪੂਰਾ ਗੇੜਾ ਦਿੱਤਾ ਸੀਗਾ, ਮਤਲਬ ਬਾਹਰ ਗਏ ਸੀਗੇ ਸੜਕਾਂ ਦੇ ਉੱਤੇ ਵੀ ਗਏ ਸੀਗੇ ਜਿੱਥੇ ਗੱਡੀਆਂ ਚੱਲਦੀਆਂ, ਉੱਥੇ ਉਹਨਾਂ ਨੇ ਬੰਦ ਕਰਾ ਕੇ ਪੂਰਾ ਇਹਨਾਂ ਨੇ ਘੁਮਾਇਆ ਸੀਗਾ ਸਾਡੇ ਵਾਸਤੇ ਸਪੈਸ਼ਲ। ਬਾਕੀ ਆਹ ਕੁੱਤੇ ਵੀ ਇੱਥੇ ਲੋਕਲ ਤੁਰੇ ਫਿਰਦੇ, ਇੱਥੇ ਕੁੱਕੜ ਕਾਕੜ ਵੀ ਆ, ਆਹ ਨਿਆਣੇ ਇਹਨਾਂ ਦੇ ਪੰਗੇ ਲੈਣ ਡੇ ਘੋੜਿਆਂ ਨਾ, ਹੋਰ ਇਹਨਾਂ ਪੈ ਜਾਣ ਪੈ ਵੀ ਸਕਦੇ ਆ, ਸਹੀ ਆ। ਉੱਧਰ ਵੀ ਘੋੜੇ ਹੈਗੇ, ਉੱਧਰ ਵੀ ਤੁਹਾਨੂੰ ਦਿਖਾ ਦਿੰਦੇ, ਉਹ ਸਾਰਾ ਤੁਹਾਨੂੰ ਦਿਖਾਉਂਦੇ ਅਸੀਂ ਅੱਗੇ ਵੀ ਨੈਕਸਟ, ਅਤੇ ਆਹ ਇੱਥੇ ਉਹ ਵੇਖੋ ਬੱਕਰੀਆਂ ਵੀ ਆ ਇਹਨਾਂ ਦੀਆਂ, ਅਤੇ ਆਹ ਇੱਧਰ ਕੁੱਤੇ ਵੀ, ਸਹੀ ਆ, ਅਤੇ ਇੱਕ ਆਹ ਬੈਠਾ ਆਹ ਪ੍ਰਧਾਨ ਹੋਣੀ ਆਹ ਬੈਠੇ ਆ ਸਕੀ ਹੋਣੀ, ਅਤੇ ਆਹ ਇੱਧਰ ਆਪਣੇ ਨਾਲ ਦੇ ਬਾਹਰ ਬੰਦੇ, ਆਹ ਸਾਰੇ ਘੋੜੇ ਇਹਨਾਂ ਦੇ ਆ, ਆਹ ਬਾਹਰ ਤੁਹਾਨੂੰ ਦਿਖਾਉਂਦੇ ਹਾਂ, ਮੁਰਗੀਆਂ ਬਤਕਾਂ ਆਹ ਬਤਕਾਂ ਵੀ ਜੇ ਇਹਨਾਂ ਦੀਆਂ, ਬਾਕੀ ਆਹ ਜੱਗੂ ਤੁਹਾਨੂੰ ਦੱਸਦਾ ਇੱਥੇ ਬਾਰੇ, ਉਹ ਦੇਖੋ ਉਹਨਾਂ ਨੂੰ ਠੰਡ ਲੱਗਦੀ ਤਾਂ ਕਿਹਾ ਉਹਨਾਂ ਨੂੰ ਠੰਡ ਵਾ ਮਤਲਬ ਲੱਗਦੀ ਜਾਨਵਰਾਂ ਨੂੰ ਕਈਆਂ ਨੂੰ, ਪਾਣੀ ਪੀ ਲਈਏ ਟੁੱਟੀ ਲੱਗੀ ਆ ਜਾਓ, ਹਾਂ ਚਲੋ ਪਾਣੀ ਪੀ ਲਈਏ ਫਿਰ। ਬਹੁਤ ਵਧੀਆ ਘਰ ਬਣੇ ਹੋਏ ਆ, ਉਧਰ ਜਿੱਥੇ ਸਾਡਾ ਏਰੀਆ ਉੱਥੇ ਜ਼ਿਆਦਾਤਰ ਬਿਲਡਿੰਗਾਂ ਆ, ਤੇ ਇੱਧਰ ਘਰ ਬਣੇ ਹੋਏ ਆ, ਉਧਰ ਤੁਸੀਂ ਦੇਖ ਸਕਦੇ ਪੁਰਾਣਾ ਏਰੀਆ ਇਹ, ਬਾਹਰ ਡੇਰਿਆਂ ਦੇ ਲੋਕ ਉਹ ਪਿੰਡ 'ਚ, ਠੀਕ ਆ ਪਿੰਡ ਦੇ ਵਿੱਚ ਪੁਰਾਣੇ ਘਰ ਵੀ ਹੁੰਦੇ ਉਹ ਕੰਮ, ਆਹ ਲਸਣ ਬੀਜਿਆ ਗੰਢੇ ਬੀਜੇ ਆ ਆਪਣਾ ਉੱਪਰ ਰਹਿ ਰਹੇ, ਖਾਣ ਪੀਣ ਦਾ ਸਾਰਾ ਜੁਗਾੜ ਜਿਹਾ ਇਹਨਾਂ ਦਾ, ਅਤੇ ਇੱਥੋਂ ਥੱਲੇ ਉਤਰਾਂਗੇ, ਹਾਂਜੀ ਇੱਥੋਂ ਅਸੀਂ ਥੱਲੇ ਉਤਰਨਾ ਵਾ ਇੱਧਰ ਨੂੰ, ਇੱਧਰ ਫਿਰ ਘਰ ਸਟਾਰਟ ਹੋ ਗਏ, ਫਿਰ ਗਾਂ ਜੰਗਲ ਜਿਹਾ ਸਟਾਰਟ ਹੋ ਗਿਆ, ਇੱਕੋ ਰੇਡ ਜੀ ਆਉਣੀ ਥੱਲੇ ਨਾਲ ਹੀ ਥੱਲੇ ਸਿੱਧਾ, ਆਹ ਪਿੰਡ ਆਹ ਪਿੰਡ ਬਹੁਤ ਵਧੀਆ ਆਇਆ ਇਹ, ਬੜਾ ਸੋਹਣਾ ਪਿੰਡ ਆ, ਅਸੀਂ ਤਬੇਲਾ ਵੀ ਇੱਧਰੋਂ ਵੇਖ ਆਏ, ਹੁਣ ਅਸੀਂ ਅੱਗੇ ਤੁਹਾਨੂੰ ਦੱਸਾਂਗੇ ਉਤਰਾਂਗੇ ਥੱਲੇ, ਚਲੋ ਮਿਲਦੇ ਹਾਂ। ਸੱਚੀ ਰੇਂਜ ਰੋਵਰ ਆ ਰੈਡ, ਤੇ ਹੁਣ ਅਸੀਂ ਅੱਗੇ ਜਾ ਰਹੇ ਇੱਧਰ ਜੰਗਲ ਆ, ਤੇ ਉੱਧਰ ਸਾਡਾ ਪਿੰਡ ਦਿਖ ਰਿਹਾ, ਇੱਧਰੋਂ ਜਾਣਾ ਇੱਧਰੋਂ ਇੱਧਰੋਂ ਥੱਲੇ ਇੱਧਰੋਂ ਗਏ ਨੇ ਉਹ ਸਾਰੇ, ਬਾਬਾ ਨਹੀਂ ਉਹ ਬਾਬਾ ਆ ਜਾ ਇਹਨੂੰ ਆਪਣਾ ਕਿੱਦਾਂ ਚੱਲੇ, ਇਹ ਡੌਂਕੀ ਲਾਉਣ ਲੱਗਾ ਆਪਣੀ ਵੱਖਰੀ, ਅਸੀਂ ਨਾ ਇੱਥੋਂ ਸ਼ੋਰਟਕੱਟ ਮਾਰ ਲੱਗੇ ਡੌਂਕੀ ਵਾਲਾ ਸੇਮ ਉਹੀ ਸੀਨ ਐਂ ਦੀ ਉਤਰਨ ਲੱਗੇ ਹਾਂ,
ਠੀਕ ਹੈ ਕਹਿੰਦੇ ਹਾਂਜੀ ਸ਼ੋਰਟਕੱਟ ਲੱਗ ਗਿਆ ਵੈਸੇ ਦੂਰ ਵਾ ਪੈਂਦਾ ਅਤੇ ਆਹ ਅਸੀਂ ਉੱਪਰ ਹੋਈ ਸਾਨੂੰ ਸਾਰਾ ਅਸੀਂ ਥੱਲੇ ਜਾ ਕੇ ਬਾਕੀ ਦਿਖਾ ਲਾਂਗੇ ਕੀ ਸਿਸਟਮ ਆ ਸ਼ੋਰਟਕੱਟ ਉੱਤਰ ਰਹੇ ਡੌਂਕੀ ਵਾਲਾ ਸਿਸਟਮ ਹੋ ਗਿਆ ਕੱਪੜੇ ਨਵੇਂ ਪਾਇਆ ਅਤੇ ਉੱਤਰ ਗੰਦ ਸਾਣੀ ਰਹੇ ਕੱਪੜੇ ਨਵੀਆਂ ਜਾ ਰਹੇ ਤਾਂ ਬੂਟ ਦਾ ਸੱਤਿਆ ਨਾਸ ਹੋ ਜਾਣਾ ਹੁਣ ਚਲੋ ਜੋ ਵੀ ਹੋਊਗਾ ਬਾਕੀ ਤੁਹਾਨੂੰ ਥੱਲੇ ਜਾ ਕੇ ਮਿਲਦੇ ਹਾਂ ਠੀਕ ਹੈ ਆ ਜਾਓ ਚਲੋ 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 ਹਾਂ ਦੇਖੋ ਅੱਗੇ ਹੀ ਸੜਕ ਉਹ ਆ ਗਈ ਆ ਅਤੇ ਅਸੀਂ ਜੇ ਉੱਪਰ ਦੀ ਆਉਂਦੇ ਉਹ ਥੋੜ੍ਹਾ ਜਿਹਾ ਹੀ ਫਰਕ ਪਿਆ ਆ ਬਾਕੀ ਆ ਉਹ ਦੇਖੋ ਥੱਲੇ ਸੜਕ ਆ ਗਈ ਆ ਅਤੇ ਹੁਣ ਅਸੀਂ ਥੱਲੇ ਉੱਤਰ ਜਾਣਾ ਜਿੱਦਾਂ ਤੁਸੀਂ ਦੇਖਿਆ ਅਸੀਂ ਇੱਥੋਂ ਉੱਤਰੇ ਹਾਂ ਆਹ ਪਾਣੀ ਤੋਂ ਰੋਡ ਤੁਹਾਨੂੰ ਕਿਤੇ ਦੇਖ ਹੀ ਨਹੀਂ ਰਿਹਾ ਹੋਣਾ ਅਸੀਂ ਇੱਥੋਂ ਉੱਤਰੇ ਹਾਂ ਅਤੇ ਉੱਦਾਂ ਅਸੀਂ ਉੱਪਰ ਦੀ ਇੱਥੋਂ ਦੀ ਘੁੰਮ ਕੇ ਆਉਣਾ ਸੀਗਾ ਰੋਡ ਥਾਣੀ ਪੱਕੇ ਰੋਡ ਥਾਣੀ ਅਤੇ ਹੁਣ ਅਸੀਂ ਅੱਗੇ ਜਾ ਰਹੇ ਹਾਂ ਇੱਧਰ ਦੇਖੋ ਘਰ ਕਿਸ ਤਰੀਕੇ ਨਾਲ ਬਣਾਏ ਹੋਏ ਆ ਅਤੇ ਆਹ ਘਰ ਦੇਖ ਲਓ ਉਹ ਘਰ ਦੇਖ ਲਓ ਕਿੰਨਾ ਡਿਫਰੈਂਸ ਹੈ ਦੋਵਾਂ ਦੇ ਵਿੱਚ ਬਾਕੀ ਉਹ ਜੀਪ ਵੀ ਖਲੋਤੀ ਆ ਜੀਪ ਖੜੀ ਆ ਅੱਗੇ ਚਲੋ ਅਸੀਂ ਤੁਹਾਨੂੰ ਉਹ ਵੀ ਦਿਖਾ ਲਾਂਗੇ ਆਹ ਸਾਰਾ ਏਰੀਆ ਵਾ ਉੱਤਰ ਜੰਗਲ ਜਿਹਾ ਹੁਣ ਜੰਗਲ ਅਸੀਂ ਸ਼ੋਰਟਕੱਟ ਕੀਤਾ ਇੱਥੋਂ ਥੱਲੇ ਉੱਤਰ ਕੇ ਆਹ ਲੋਕਲ ਗੱਡੀ ਖਲੋਤੀ ਇਹਨਾਂ ਦੀ ਉਹ ਘੋੜਾ ਉਹਦੇ ਠੀਕ ਆ ਇੱਥੇ ਵੀ ਉਹ ਇੱਕ ਘੋੜਾ ਚੱਲ ਰਿਹਾ ਵਾ ਆਹ ਲੋਕਲ ਇਹਨਾਂ ਆਪਣੀਆਂ ਸਬਜ਼ੀਆਂ ਸੁਬਜ਼ੀਆਂ ਲਾਈਆਂ ਸਿਸਟਮ ਸਾਰੀ ਪਲਾਸਟਿਕ ਲਾਈ ਆ ਲੋਕਲ ਜੀਪ ਜੀ ਬਣਾਈ ਆ ਦੋਵਾਂ ਜਾਣਿਆਂ ਦੀ ਡਿੱਗੀ ਹੈਗੀ ਆ ਦੇਸੀ ਤਿਆਰ ਕੀਤੀ ਦੇਸੀ ਤੇ ਹੁਣ ਅਸੀਂ ਆ ਗਏ ਆ ਲੋਥ ਅਸੀਂ ਲੋਥ ਪਹੁੰਚ ਗਏ ਵੇਖੋ ਸ਼ੋਰਟਕੱਟ ਅਸੀਂ ਇੱਧਰੋਂ ਉੱਤਰੇ ਹਾਂ ਪਹਾੜੀ ਥਾਣੀ ਅਤੇ ਇੱਥੇ ਐਂਡ ਹੁੰਦੀ ਆ ਪਹਾੜੀ ਆ ਦੇਖ ਲਓ ਲੈਣ ਅਤੇ ਇੱਧਰ ਸਵੀਮਿੰਗ ਪੂਲ ਆ ਜਿੱਥੇ ਅਸੀਂ ਆਏ ਸੀਗੇ ਤੁਸੀਂ ਬਲੌਗਾਂ 'ਚ ਦੇਖਿਆ ਹੀ ਹੋਣਾ ਅਤੇ ਹੁਣ ਅਸੀਂ ਆ ਗਏ ਇੱਧਰ ਥੱਲੇ ਪੂਰਾ ਪੱਧਰਾ ਹੋ ਗਿਆ ਇੱਧਰ ਹੋਰ ਘਰ ਮਤਲਬ ਪਿੰਡ ਸਟਾਰਟ ਹੋ ਜਾਣੇ ਅੱਗੇ ਅਤੇ ਇਸ ਬਲੌਗ ਨੂੰ ਅਸੀਂ ਇੱਥੇ ਐਂਡ ਕਰਦੇ ਹਾਂ ਅਤੇ ਤੁਸੀਂ ਕੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਹੋ ਕੇ ਕਰਿਓ ਅਤੇ ਅਸੀਂ ਮਿਲਦੇ ਹਾਂ ਨੈਕਸਟ ਬਲੌਗ 'ਚ ਅਤੇ ਬਾਕੀ ਤੁਹਾਨੂੰ ਬ੍ਰਾਂਡ ਬੋਏ ਦੱਸਦੇ ਹਾਂ ਇਹ ਆਪਾਂ ਕਾਫੀ ਸਾਨੂੰ ਯਾਨੀ ਵਧੀਆ ਫੀਲ ਹੋਇਆ ਘੁੰਮ ਕੇ ਆਏ ਅਸੀਂ ਪਹਾੜੀ ਅਤੇ ਆਹ ਅਸੀਂ ਹੁਣ ਅਲੋਥ ਪਹੁੰਚ ਗਏ ਹਾਂ ਥੱਲੇ ਆਹ ਸਾਈਡ ਇੱਥੇ ਪਿੱਛੇ ਇੱਧਰ ਨਹਾਉਂਦਾ ਵਾ ਜਿਹਨੂੰ ਕਹਿੰਦੇ ਸਵਿੰਗ ਪੂਲ ਵਾ ਆਪਾਂ ਹੁਣ ਥੱਲੇ ਮੇਨ ਆ ਗਏ ਹਾਂ ਬਾਕੀ ਉਮੀਦ ਆ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੂਗੀ ਲਾਈਕ ਕਮੈਂਟ ਸ਼ੋਕ ਐਂ ਠੋਕੇ ਕਰਿਓ ਆਹ ਜੱਗੂ ਆ ਗਿਆ ਠੀਕ ਹੈ ਅਤੇ ਬਾਕੀ ਚਲੋ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਬਾਏ 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 ਬਾਏ